ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ਾ ਕਿ ਮਸਿਆ ਵਾਲੇ ਦਿਨ ਬੀਬੀਆਂ ਵੱਲੋਂ ਕੀਤਾ ਇਹ ਦਾਨ ਘਰ ਸੁੱਖ ਤੇ ਸਮਰiddhi ਨਾਲ ਭਰ ਦਿੰਦਾ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਕਥਾ ਵਿਚਾਰ ਤੇ ਵਿਸ਼ੇ ਦੇ ਆਪਾਂ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਸ਼ਾਹੂਕਾਰ ਰਹਾ ਕਰਦਾ ਸੀ ਉਹਦੇ ਕੋਲ ਧਨ ਸੰਪਤੀ ਬਹੁਤ ਜ਼ਿਆਦਾ ਸੀ ਉਹਦੀ ਇੱਕ ਨੂੰ ਪੁੱਤ ਤੇ ਇੱਕ ਪੋਤਰਾ ਸੀ ਉਹਨਾਂ ਦੇ ਨਾਲ ਹਸੀ ਖੁਸ਼ੀ ਆਪਣਾ ਜੀਵਨ ਬਤੀਤ ਕਰਦਾ ਪਿਆ ਸੀ ਕਹਿੰਦੇ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਤੇ ਉਹ ਸ਼ਾਹੂਕਾਰ ਉਸਦੀ ਮਦਦ ਕਰਦਾ ਉਹਦਾ ਜ਼ਿੰਦਗੀ ਦਾ ਨਿਯਮ ਸੀ ਕਿ ਰੋਜ਼ ਉਹ ਗੁਰੂ ਘਰ ਜ਼ਰੂਰ ਜਾਇਆ ਕਰਦਾ ਸੀ ਕਹਿੰਦੇ ਤੇ ਜਿਹੜੀ ਉਹਦੀ ਨੂੰਹ ਸੀ ਕਹਿੰਦੇ ਉਹ ਵੀ ਧਾਰਮਿਕ ਪਰਵਰਤੀ ਵਾਲੀ ਸੀ ਉਹਨੇ ਜ਼ਿੰਦਗੀ ਦਾ ਨਿਯਮ ਬਣਾਇਆ ਹੋਇਆ ਸੀ ਵੀ ਕਿਸੇ ਨੂੰ ਰੋਟੀ ਜ਼ਰੂਰ ਖਵਾਉਂਦੀ ਸੀ ਹੋਰ ਤੇ ਨਹੀਂ ਪਾਣੀ ਤਾਂ ਜ਼ਰੂਰ ਪਿਆਕੇ ਤੇ ਫੇਰ ਹੀ ਆ ਪ੍ਰਸ਼ਾਦਾ ਖਾਇਆ ਕਰਦੀ ਸੀ ਕਹਿੰਦੇ ਇਸ ਤਰ੍ਹਾਂ ਬੜੀ ਹਸੀ ਖੁਸ਼ੀ ਉਹਨਾਂ ਦਾ ਜੀਵਨ ਬਤੀਤ ਹੁੰਦਿਆ ਸੀ ਕਹਿੰਦੇ ਰੱਬ ਦੀ ਐਸੀ ਮਾਰ ਵਗੀ ਕਿ ਨਗਰ ਦੇ ਵਿੱਚ ਕਾਲ ਪੈ ਗਿਆ ਕਿੰਦੇ ਪਹਿਲਾਂ ਜਿਹੜੀ ਖੇਤੀ ਹੋਇਆ ਕਰਦੀ ਸੀ ਉਹ ਮੀਂਹ ਦੇ ਸਹਾਰੇ ਹੋਇਆ ਕਰਦੀ ਸੀ ਕਿੰਦੇ ਜਦੋਂ ਮੀਂਹ ਨਾ ਪਿਆ ਤੇ ਚਾਰੇ ਪਾਸੇ ਫਸਲ ਨਾ ਹੋਈ ਜਦੋਂ ਫਸਲ ਨਾ ਹੋਈ ਤੇ ਕਾਲ ਤਾਂ ਪੈਣਾ ਹੀ ਸੀ ਹੁਣ ਉਹ ਸ਼ਾਹੂਕਾਰ ਸੋਚਦਾ ਹੈ ਵੀ ਪਿੰਡ ਦੇ ਲੋਕਾਂ ਦੀ ਕਿਵੇਂ ਮਦਦ ਕੀਤੀ ਜਾਵੇ ਕਿੰਦੇ ਉਹ ਮਦਦ ਕਰਨ ਬਾਰੇ ਸੋਚਦਾ ਸੋਚ ਵਿਚਾਰ ਕੇ ਉਹਦੇ ਮਨ ਚ ਇਹ ਹੁੰਦਾ ਵੀ ਐਵੇਂ ਕਰਦਾ ਵੀ ਪੀਣ ਲਈ ਪਾਣੀ ਤੋਂ ਵੀ ਤੜਫਦੇ ਪਏ ਨੇ ਐਵੇਂ ਕਰਦਾ ਵੀ ਖੂਹ ਪਟਵਾ ਦੇਣਾ ਕਿ ਖੂਹ ਪਟਵਾਵਾਂਗਾ ਤੇ ਪੀਣ ਦੇ ਪਾਣੀ ਦੀ ਤਾਂ ਸਹੂਲਤ ਹੋ ਜਾਏਗੀ ਚਲੋ ਹੋਰ ਨਹੀਂ ਪਾਣੀ ਦਾ ਤੇ ਪੋਨਮ ਖਾਟੀ ਲਵਾ ਕਹਿੰਦੇ ਉਹ ਅਗਲੇ ਦਿਨ ਹੀ ਨਾ ਕੁਝ ਲੋਕਾਂ ਨੂੰ ਸੱਦ ਕੇ ਤੇ ਖੂਹ ਪਟਵਾਣਾ ਆਰੰਭ ਕਰਦੇ ਕਹਿੰਦੇ ਉਹ ਇੱਕ ਦਿਨ ਜਿੰਨਾ ਖੂਹ ਪਟਿਆ ਥੱਲੋਂ ਬੂੰਦ ਪਾਣੀ ਵੀ ਨਾ ਨਿਕਲੀ ਅਗਲੇ ਦਿਨ ਫੇਰ ਪਟਿਆ ਫੇਰ ਬੂੰਦ ਪਾਣੀ ਨਾ ਨਿਕਲੀ ਐਵੇਂ ਕਰਦੇ ਕਰਦੇ 7 ਦਿਨ ਦਾ ਸਮਾਂ ਬੀਤ ਗਿਆ ਪਰ ਸੱਤੇ ਦਿਨ ਉਹ ਖੂਹ ਦੇ ਵਿੱਚ ਇੱਕ ਬੂੰਦ ਵੀ ਪਾਣੀ ਨਾ ਆਈ ਕਹਿੰਦੇ ਉਹ ਫਿਰ ਨਾ ਉਸੇ ਪਿੰਡ 'ਚ ਕੋਈ ਸੰਤ ਫਕੀਰ ਰਹਿੰਦੇ ਸਨ ਤੇ ਉਹਦੇ ਕੋਲ ਗਏ ਸੰਤ ਫਕੀਰ ਜਦੋਂ ਉਹਦੇ ਕੋਲ ਗਿਆ ਨਾ ਉਹ ਸ਼ਾਹੂਕਾਰ ਤੇ ਸੰਤ ਫਕੀਰ ਨੂੰ ਸਾਰੀ ਗੱਲ ਪਾ ਦਸੀ ਕਿੰਦੇ ਵੀ ਤੁਸੀਂ ਵੀ ਜਾਣਦੇ ਹੋ ਅਕਾਲ ਪੈ ਗਿਆ ਪਾਣੀ ਨੂੰ ਤਰਸੰਦੇ ਨੇ ਪੀਣ ਲਈ ਵੀ ਪਾਣੀ ਨਹੀਂ ਹੈਗਾ ਤੇ ਮੈਂ ਖੂਹ ਪਟਵਾਉਂਦਿਆਂ ਵਾਂ ਉਹ ਖੂਹ ਦੇ ਵਿੱਚ ਇੱਕ ਬੂੰਦ ਪਾਣੀ ਵੀ ਨਹੀਂ ਆਉਂਦੀ ਤੇ ਐਸਾ ਕਿਉਂ ਤਾਂ ਉਸ ਸੰਤ ਫਕੀਰ ਨੇ ਅੱਗੋ ਕਿਹਾ ਵੀ ਪਾਣੀ ਤਾਂ ਨਹੀਂ ਆਉਂਦਿਆ ਵੀ ਜੇਕਰ ਉਹ ਤੁ ਖੂਹ ਦੇ ਵਿੱਚ ਆਪਣੇ ਪੋਤਰੇ ਨੂੰ ਧੱਕਾ ਦੇ ਦੇਗਾ ਨਾ ਤਾਂ ਉਹ ਖੂਹ ਦੇ ਵਿੱਚ ਪਾਣੀ ਆ ਜਾਏਗਾ ਤੇ ਸਾਰੇ ਜਣੇ ਪਾਣੀ ਪੀ ਸਕਦੇ ਨੇ ਹੁਣ ਉੱਥੋਂ ਚਲਾ ਗਿਆ ਤੇ ਜਾ ਕੇ ਉਹ ਸੋਚਣ ਲੱਗਾ ਵੀ ਮੈਂ ਆਪਣੇ ਪੋਤਰੇ ਨੂੰ ਵਿੱਚ ਕਿਵੇਂ ਧੱਕਾ ਦੇ ਸਕਦਾ ਫਿਰ ਸੋਚਦਾ ਵੀ ਇੰਨੇ ਵੱਡੇ ਨਗਰ ਦੇ ਲੋਕਾਂ ਦੇ ਜਿੱਕਰ ਭਲਾ ਚਾਹਨਾ ਤੇ ਇਹਨੂੰ ਧੱਕਾ ਦੇਣਾ ਪੈਣਾ ਘਰ ਜਾਂਦਾ ਇੱਕ ਹਫਤਾ ਉਵੇਂ ਹੀ ਆਪਣੇ ਮਨ ਦੇ ਅੰਦਰ ਸੋਚ ਵਿਚਾਰ ਕਰਨ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਨੂ ਹੁੰਦੀ ਹੈ ਨਾ ਉਹ ਕਿਸੇ ਕੰਮ ਲਈ ਕਹਿੰਦੇ ਆਪਣੇ ਪੇਕੇ ਚਲੀ ਜਾਂਦੀ ਜਦੋਂ ਪੇਕੇ ਗਈ ਤੇ ਉਹ ਕਹਿੰਦਾ ਵੀ ਆਪਣੇ ਪੋਤਰੇ ਨੂੰ ਕਹਿੰਦਾ ਵੀ ਇਸ ਨੂੰ ਮੈਂ ਆਪਣੇ ਕੋਲ ਰੱਖ ਲੈਣਾ ਤੂੰ ਥੋੜੇ ਦਿਨ ਲਈ ਚਲੀ ਜਾ ਕਹਿੰਦੇ ਜਦੋਂ ਪੇਕੇ ਗਈ ਤਾਂ ਨੇ ਬੜਾ ਡਾਡਾ ਮਨ ਕਰਕੇ ਉਹਨੂੰ ਖੂਹ ਦੇ ਕੋਲ ਲਿਜਾ ਕੇ ਤੇ ਕਹਿੰਦੇ ਵਿੱਚ ਉਹਨੂੰ ੱਤਕਾ ਦਿੱਤਾ ਜਦੋਂ ੱਤਕਾ ਦਿੱਤਾ ਨਾ ਕਹਿੰਦੇ ੱਤਕਾ ਦੇਣ ਦੀ ਧੀਰ ਸੀ ਤੇ ਨਾਲ ਦੀ ਨਾਲ ਕਹਿੰਦੇ ਉਹ ਖੂਹ ਪਾਣੀ ਨਾਲ ਪਰ ਗਿਆ ਸਾਰੇ ਲੋਕਾਂ ਦੇ ਆਸੇ ਪਾਸੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਹਿੰਦੇ ਸਾਰੇ ਲੋਕੀ ਉੱਥੋਂ ਪਾਣੀ ਪੀਣ ਲੱਗੇ ਹੁਣ ਉਹ ਜਿਹੜਾ ਸ਼ਾਹੂਕਾਰ ਸੀ ਉਹ ਦਿਨ-ਪ੍ਰਤੀ ਦਿਨ ਉਹਦੇ ਮਨ 'ਚ ਇਹੀ ਹੁੰਦਾ ਰਿਹਾ ਵੀ ਪੋਤਰੇ ਨੇ ਵਿੱਚ ੱਤਕਾ ਦੇ ਦਿੱਤਾ ਤੇ ਉਹਦਾ ਜਿਹੜਾ ਪੁੱਤ ਸੀ ਉਹ ਵੀ ਵਪਾਰ ਲਈ ਕਿਤੇ ਗਿਆ ਸੀ ਤੇ ਉਹਦੇ ਜਿਹੜੇ ਨੂੰ ਸੀ ਉਹ ਪੇਕੇ ਗਈ ਸੀ ਕਿੰਨੇ ਜਦੋਂ ਵਾਪਸ ਆਏ ਤੇ ਮੈਂ ਦੱਸੂਗਾ ਕਿ ਵੀ ਤੁਹਾਡਾ ਪੁੱਤ ਕਿੱਥੇ ਗਿਆ ਉਹਦੇ ਮਨ 'ਚ ਇਹੀ ਹਰ ਸਮੇਂ ਇਹੀ ਪਰੇਸ਼ਾਨੀ ਰਹਿੰਦੀ ਹੁਣ ਨੂਨੂ ਵੀ ਗਏ ਹੋਏ ਲਗਭਗ ਕਹਿੰਦੇ 10 ਤੋਂ 15 ਦਿਨ ਹੋ ਗਏ ਤੇ ਉਹ ਵੀ ਮਨ 'ਚ ਸੋਚਣ ਲੱਗੀ ਵੀ ਮੈਨੂੰ ਕੋਈ ਲੈਣ ਤੇ ਆਇਆ ਹੀ ਨਹੀਂ ਮੈਂ ਐਵੇਂ ਕਰਦੀ ਆਪੇ ਚਲਦੀ ਕਹਿੰਦੇ ਉਹ ਆਪੇ ਉਸ ਨਗਰਵਾਲ ਨੂੰ ਚੁਰਤੁਰਨ ਲੱਗੀ ਕਿੰਦੇ ਨਾਲ ਉਹਨੇ ਕੁਝ ਰੋਟੀਆਂ ਲਈਆਂ ਕੁਝ ਗੁੜ ਲਿਆ ਤੇ ਕਹਿੰਦੇ ਕੁਝ ਹੋਰ ਚੋਲ ਪਹਿਲਾਂ ਕੀ ਹੁੰਦਾ ਸੀ ਵੀ ਚੋਲ ਜਿਹੜੇ ਹੁੰਦੇ ਸੀ ਉਹਨਾਂ ਨੂੰ ਭੁੰਨ ਕੇ ਤੇ ਇਹ ਚ ਗੁੜ ਪਾ ਕੇ ਤੇ ਇਹਨੂੰ ਖਾਣ ਲਈ ਖਾਣ ਵਜੋਂ ਵਰਤਦੇ ਸੀ ਕਹਿੰਦੇ ਵੀ ਉਹਨੇ ਸਮਾਨ ਲੈ ਕੇ ਤੇ ਤੁਰ ਪਈ ਕਰੋ ਕਹਿੰਦੇ ਜਦੋਂ ਉਹ ਘਰ ਤੋਂ ਤੁਰੀ ਨਾ ਹਜੇ ਇੱਕ ਆਪਣੇ ਨਗਰ ਤੋਂ ਅਗਲੇ ਨਗਰ ਹੀ ਪਹੁੰਚੀ ਕਹਿੰਦੇ ਉੱਥੇ ਦੇਖਦੀ ਐ ਕਿ ਇੱਕ ਕੁੱਤੀ ਨੇ ਨਾ ਹੁਣੇ ਕਈ ਬੱਚਿਆਂ ਨੂੰ ਜਨਮ ਦਿੱਤਾ ਹੁੰਦਾ ਤੇ ਉਹ ਬੱਚੇ ਵੀ ਭੁੱਖ ਨਾਲ ਬਿਲਕਰੇ ਹੁੰਦੇ ਨੇ ਕੁੱਤੀ ਨੂੰ ਦੁੱਧ ਤਾਂ ਹੀ ਆਏਗਾ ਜੇ ਉਹਨੇ ਕੁਝ ਖਾਧਾ ਹੋਵੇਗਾ ਕਹਿੰਦੇ ਉਹ ਰੋਖ ਥਲੇ ਤੜਫੰਦੀ ਸੀ ਕਹਿੰਦੇ ਸਿਆਲਾਂ ਦੇ ਦਿਨਸ ਇੰਨੇ ਨੂੰ ਕੀ ਕਹਿੰਦੇ ਵੀ ਉਹ ਜਦੋਂ ਉੱਥੇ ਆਉਂਦੀ ਐ ਤੇ ਉਹ ਕੁੱਤੀ ਨੂੰ ਤੜਫਦੇ ਹੋਏ ਦੇਖਦੀ ਕਹਿੰਦੇ ਉਹਦੇ ਕੋਲ ਰੋਟੀਆਂ ਤਿਸਨ ਕਹਿੰਦੇ ਉਹਨੇ ਰੋਟੀਆਂ ਉਹਨੂੰ ਪਾ ਦਿੱਤੀਆਂ ਰੋਟੀਆਂ ਨੂੰ ਪਾ ਕੇ ਕਹਿੰਦੇ ਪਹਿਲਾਂ ਕੀ ਹੁੰਦਾ ਸੀ ਵੀ ਪਹਿਲਾਂ ਵੱਡੀਆਂ-ਵੱਡੀਆਂ ਚਾਦਰਾਂ ਆਪਣੇ ਉੱਤੇ ਬੁੱਕਲ ਵੱਜੋਂ ਮਾਰਦੇ ਹੁੰਦੇ ਸੀ ਕਹਿੰਦੇ ਉਹਨੇ ਆਪਣੇ ਉੱਤੇ ਚਾਦਰ ਲਾਈ ਤੇ ਉਹ ਕੁੱਤੀ ਦੇ ਉੱਤੇ ਦੇ ਦਿੱਤੀ ਕਹਿੰਦੇ ਜਦੋਂ ਉਹਨੇ ਕੁੱਤੀ ਨੇ ਰੋਟੀਆਂ ਖਾਧੀਆਂ ਤੇ ਉਹਨੂੰ ਦੁੱਧ ਆ ਗਿਆ ਤੇ ਉਹ ਬੱਚਿਆਂ ਨੇ ਦੁੱਧ ਪੀ ਲਿਆ ਉਹਨਾਂ ਨੂੰ ਦੇਖ ਕੇ ਤੇ ਅੱਗੇ ਚਲੀ ਗਈ ਕਹਿੰਦੇ ਚੱਲਦੇ-ਚੱਲਦੇ ਨਾ ਅੱਗੇ ਜਦੋਂ ਗਈ ਤਾਂ ਦੇਖਦੀ ਹੈ ਵੀ ਇੱਕ ਗਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਗਾਂ ਉਵੇਂ ਕਹਿੰਦੇ ਧਰਤੀ ਤੇ ਲੰਮੇ ਪਈ ਹੋਈ ਹੈ ਉਹਦੇ ਕੋਲ ਹੁੰਨੇ ਆਪਣੇ ਝੋਲਾ ਵੇਖਿਆ ਤੇ ਵਿੱਚ ਗੁੜ ਸੀ। ਉਹਨੇ ਉਹ ਜਿੰਨੀਆਂ ਵੀ ਪੇਸੀਆਂ ਸਨ ਸਾਰੀਆਂ ਗੁੜ ਦੀਆਂ ਉਹਨੂੰ ਖਵਾ ਦਿੱਤੀਆਂ। ਕਹਿੰਦੇ ਐਵੇਂ ਕਰਨ ਦੇ ਨਾਲ ਉਹ ਗਾਂ ਥੋੜੀ ਦੇਰ ਬਾਅਦ ਖੜੀ ਹੋ ਗਈ ਤੇ ਆਪਣੇ ਬੱਚੇ ਨੂੰ ਦੁੱਧ ਪਿਆਣ ਲੱਗ ਗਈ। ਕਹਿੰਦੇ ਪਹਿਲਾਂ ਕੁੱਤੀ ਦੀ ਅਸੀਸ ਲੱਗੀ ਫਿਰ ਗਾਂ ਦੀ ਅਸੀਸ ਲੱਗੀ। ਕਹਿੰਦੀ ਅੱਗੇ ਆਈ ਤੇ ਦੇਖਦੀ ਐ ਵੀ ਬੜਿਆਂ ਸਾਰੀਆਂ ਕੀੜੀਆਂ ਦਾ ਪੌਂ ਹੀ ਪੌਂ ਐ ਤੇ ਕੀੜੀਆਂ ਉੱਥੇ ਚਾਰ ਚਫੇਰੇ ਚੱਕਰ ਕੱਢੀ ਜਾਂਦੀਆਂ। ਕਹਿੰਦੇ ਕਾਲ ਤੇ ਪਿਆ ਹੋਇਆ ਸੀ। ਖਾਨ ਨੂੰ ਕਿਤੇ ਕੁਝ ਨਹੀਂ ਸੀ ਲੱਭਦਾ। ਉਹਨੇ ਕਿ ਕਿਤਾਬੀ ਉਹਨੇ ਜੜ ਚੋਲ ਸਨ ਉਹਦਾ ਵਿੱਚ ਗੁੜ ਪਾ ਕੇ ਤੇ ਉਹਦੀਆਂ ਪਿੰਨੀਆਂ ਵਟੀਆਂ ਪਿਆ ਸਨ ਉਹਨੇ ਉਹਨੂੰ ਪੋਰ-ਪੋਰ ਕੇ ਨਾ ਉੱਥੇ ਹੀ ਸੱਟਣਾ ਆਰੰਭ ਕਰ ਦਿੱਤਾ ਹੁਣ ਜਿੰਨੀਆਂ ਹੈਗੀਆਂ ਸਨ ਉੱਥੇ ਉਹਨੇ ਸਾਰੀਆਂ ਵਟ ਕੇ ਤੇ ਉੱਥੇ ਸਾਰੀਆਂ ਸੱਟ ਆਈ ਹੁਣ ਕਹਿੰਦੇ ਤੁਰਦੇ ਤੁਰਦੇ ਨਾ ਆਪਣੇ ਨਗਰ ਦੇ ਕੋਲ ਆ ਗਈ ਆਪਣੇ ਨਗਰ ਦੇ ਕੋਲ ਆਈ ਤੇ ਦੇਖਦੀ ਹੈ ਵੀ ਬੜੀਆਂ ਸਾਰੇ ਦਰਿਆ ਦਰਿਆ ਵਹਿਨ ਦਿਆ ਸੀ ਤੇ ਦਰਿਆ ਦੇ ਵਿੱਚ ਇੱਕ ਛਲ ਵੱਜੀ ਤੇ ਕਿਨੇ ਬੜੀਆਂ ਸਾਰੀਆਂ ਮੱਛੀਆਂ ਬਾਹਰ ਆ ਕੇ ਤੇ ਦਿਗ ਪਈਆਂ ਕਹਿੰਦੇ ਉਹ ਤੜਫੰਦੀ ਆ। ਕਹਿੰਦੇ ਉਹਨੇ ਸਾਰੀਆਂ ਮੱਛੀਆਂ ਨੂੰ ਵਾਰੀ-ਵਾਰੀ ਚੁੱਕ ਕੇ ਤੇ ਉਹ ਦਰਿਆ ਦੇ ਵਿੱਚ ਸੱਟ ਦਿੱਤਾ। ਕਹਿੰਦੇ ਹੁਣ ਤੁਰਦੇ-ਤੁਰਦੇ ਆਪਣੇ ਨਗਰ ਦੇ ਕੋਲ ਆਗੇ। ਨਗਰ ਦੇ ਬਾਹਰ ਖੂਹ ਸੀ। ਉਹ ਬੜੀ ਪ੍ਰਸੰਨ ਹੋ ਗਈ ਵੀ ਸਾਡੇ ਖੂਹ ਦੇ ਵਿੱਚ ਵੀ ਪਾਣੀ ਆ ਗਿਆ। ਕਹਿੰਦੇ ਉੱਥੇ ਇੱਕ ਬਿਰਦ ਬਾਬਾ ਆਇਆ ਤੇ ਕਿਹਾ ਵੀ ਜੇਕਰ ਤੁਸੀਂ ਇਹ ਪਾਣੀ ਪਿਆਦੇ ਤਾਂ ਤੇਰੇ ਬੜਾ ਮਿਹਰਬਾਨੀ ਹੋਏਗੀ ਵੀ ਮੇਰੇ ਤੋਂ ਰੱਸੀ ਥੱਲੇ ਖਿੱਚ ਕੇ ਵਗਾ ਕੇ ਤੇ ਉੱਤੇ ਖਿੱਚ ਕੇ ਪਾਣੀ ਨਹੀਂ ਪੀਤਾ ਜਾਂਦਾ। ਕਿੰਦੀ ਉਸ ਨੀਨਾ ਪਹਿਲਾ ਵਿਚ ਬਾਲਟੀ ਸੱਟੀ ਤੇ ਖਿੱਚ ਕੇ ਉਹ ਬਾਬੇ ਨੂੰ ਪਾਣੀ ਪਿਆਇਆ ਉਹ ਪਾਣੀ ਪੀਤਿਆਂ ਤੇ ਉਹ ਪਾਣੀ ਪੀਂਦਿਆਂ ਸਾਰਨਾ ਕਹਿੰਦੇ ਉਸ ਬਾਬੇ ਨੇ ਵੀ ਉਹਨੂੰ ਅਸੀਸ ਦਿੱਤੀ ਕਿ ਤੂੰ ਲੁਜਿਆਂ ਦੀ ਪਿਆਸ ਬੁਝਾਉਂਦੀ ਏ ਦੂਜਿਆਂ ਦੀ ਮਦਦ ਕਰਦੀ ਏ ਪਰਮਾਤਮਾ ਤੇਰੇ ਮਨ ਦੀ ਮੁਰਾਦ ਪੂਰੀ ਕਰੇ ਕਹਿੰਦੇ ਐਨੀ ਕਹਿਣ ਦੀ ਧੀਰ ਸੀ ਕਿ ਉਹਦੇ ਨਾਲ ਪਿੱਛੋਂ ਉਹਦੇ ਪੁੱਤ ਦੀ ਆਵਾਜ਼ ਆਉਂਦੀ ਏ ਤੇ ਉਹ ਕਹਿੰਦੀ ਵੀ ਤੂੰ ਨਗਰ ਦੇ ਬਾਹਰ ਤੱਕ ਕੀ ਕਰਦਾ ਪਿਆ ਉਹਨੂੰ ਲੈ ਕੇ ਤੇ ਪਿੰਡ ਦੇ ਵੱਲ ਚਲੀ ਜਾਂਦੀ। ਕਹਿੰਦੇ ਇੰਨੇ ਨੂੰ ਕੋਈ ਸ਼ਾਹੂਕਾਰ ਨੂੰ ਖਬਰ ਤੇ ਦਿੰਦਾ ਕਿ ਤੇਰੀ ਨੂੰ ਆਉਂਦੀ ਐ ਤੇ ਉਹਨੂੰ ਜਾ ਕੇ ਉਸ ਥਾਂ ਤੋਂ ਲੈ ਆਓ। ਕਹਿੰਦੇ ਜਦੋਂ ਗਏ ਨਾ ਲੈਣ ਲਈ ਤੇ ਸ਼ਾਹੂਕਾਰ ਦੇ ਮਨ 'ਚ ਇਹੀ ਸੀ ਵੀ ਮੈਂ ਹੁਣ ਇਹਨੂੰ ਕਿਵੇਂ ਦੱਸਾਂ ਵੀ ਮੈਂ ਤਾਂ ਤੇਰੇ ਪੁੱਤ ਨੂੰ ਖੁਦ ਦੇ ਵਿੱਚ ਧੱਕਾ ਦੇ ਦਿੱਤਾ। ਕਹਿੰਦੇ ਉਹ ਸ਼ਾਹੂਕਾਰ ਬੜੇ ਕਾਲੇ-ਕਾਲੇ ਕਦਮਾਂ ਨਾਲ ਮਾਇੂਸ ਹੋ ਕੇ ਤੁਰਦਾ ਆਉਂਦੇ। ਪਰ ਉਹ ਦੇਖਦਾ ਵੀ ਅੱਗੇ ਉਹਦਾ ਪੋਤਰਾ ਤੁਰ ਹੀ ਆਉਂਦੇ। ਉਹ ਜਦੋਂ ਦੇਖਦਾ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਹ ਗਿਆ ਉਹਨੇ ਆਪਣੇ ਨੂੰਹ ਦੇ ਪੈਰੀ ਹੱਥ ਲਾਤੇ ਉਹ ਕਹਿੰਦੀ ਪਿਤਾ ਜੀ ਵੀ ਤੁਸੀਂ ਕੀ ਉਲਟਾ ਜੰਗਾ ਬਹੋਂਦੇ ਹੋ ਮੈਨੂੰ ਸਭ ਤੋਂ ਤੁਹਾਡੇ ਪੈਰੀ ਹੱਥ ਲਾਉਣੇ ਚਾਹੀਦੇ ਤੇ ਤੁਸੀਂ ਮੇਰੇ ਪੈਰੀ ਹੱਥ ਲਾਉਣਦੇ ਹੋ ਸ਼ਾਹੂਕਰ ਨੇ ਸਾਰੀ ਗੱਲ ਪਾਰਤਾ ਸੀ ਸ਼ਾਹੂਕਰ ਤੇ ਉਹਦੀ ਨੂੰਹ ਤੇ ਉਹ ਪੋਤਾ ਪੋਤਰੀ ਆਪਣੇ ਨੂੰ ਲੈ ਕੇ ਉਹ ਫਕੀਰ ਕੋਲ ਗਏ ਫਕੀਰ ਬਾਬੇ ਨੇ ਕਿਹਾ ਤੇ ਇਹ ਸਾਰਾ ਕੁਝ ਨਾ ਤੇਰੀ ਨੂੰਹ ਦੀ ਮਮਤਾ ਤੇ ਪਿਆਰ ਦੀ ਖਾਤਰ ਹੋਇਆ ਇਹ ਹਰ ਸਮੇਂ ਕਿਸੇ ਨਾ ਕਿਸੇ ਦੀ ਮਦਦ ਕਰਦੀ ਸੀ ਇਨੇ ਉਹ ਕੁੱਤੀ ਦੇ ਬੱਚਿਆਂ ਜਿਹੜੇ ਹੁਣੇ ਪੈਦਾ ਹੋਏ ਸੀ ਤੇ ਉਹ ਭੁੱਖ ਨਾਲ ਬਿਲਕੰਦੇ ਸੀ ਇਨੇ ਉਹਨਾਂ ਦੀ ਰੋਟੀ ਦਾ ਤੇ ਉਹਨਾਂ ਦੇ ਦੁੱਧ ਦਾ ਇਨੇ ਉਥੇ ਹੀਲਾ ਵਸੀਲਾ ਕੀਤਾ ਇਨੇ ਉਹ ਮਮਤਾ ਤੇ ਪਿਆਰ ਜਿਹੜਾ ਸੀ ਉਹੀ ਮਮਤਾ ਪਿਆਰ ਇਹਨੂੰ ਵਾਪਸ ਮਿਲਿਆ ਇਨੇ ਗਾਂ ਤੇ ਬੱਚੇ ਦੀ ਮਦਦ ਕੀਤੀ ਉਹਨਾਂ ਦੇ ਮਮਤਾ ਨੇ ਪਿਆਰ ਨੇ ਇਹਦੀ ਮਦਦ ਕੀਤੀ ਪਾਣੀ ਦੇ ਛਲ ਨਾਲ ਮੱਛੀਆਂ ਬਾਰ ਆਈਆਂ ਉਹਨਾਂ ਦੀ ਜਾਨ ਬਚਾਈ ਉਹਨਾਂ ਦੀ ਅਸੀਸ ਲੱਗੀ ਕੀੜੀਆਂ ਭੁੱਖੀਆਂ ਮਰਦੀਆਂ ਪੀਂਸਨ ਤੇ ਉਹਨਾਂ ਦੇ ਰੋਟੀ ਦਾ ਉਪਾਅ ਕਰਕੇ ਆਈ ਤੇ ਉਹਨਾਂ ਦੀ ਅਸੀਸ ਲੱਗੀ ਇਹ ਸਾਰਾ ਕੁਝ ਇਹਦੀ ਮਮਤਾ ਤੇ ਪਿਆਰ ਕਰਕੇ ਹੋਇਆ ਇੱਕ ਇਹਨੇ ਦੂਸਰਿਆਂ ਦੀ ਮਦਦ ਕੀਤੀ ਤੇ ਉਹ ਮਦਦ ਦਾ ਰੂਪ ਬਣ ਕੇ ਤੇਰਾ ਪੋਤਰਾ ਤੇਰੇ ਕੋਲ ਵਾਪਸ ਆਇਆ ਉਹ ਸੰਤ ਫਕੀਰ ਨੇ ਕਿਹਾ ਮੈਂ ਸੁਣਿਆ ਸੀ ਕਿ ਬੀਬੀਆਂ ਘਰ ਨੂੰ ਸਵਰਗ ਬਣਾਉਂਦੀਆਂ ਨੇ ਤੇ ਅੱਜ ਮੈਂ ਦੇਖ ਵੀ ਲਿਆ ਕਿ ਤੇਰੀ ਨੂੰਹ ਨੇ ਤੇਰੇ ਘਰ ਨੂੰ ਕਿਵੇਂ ਸਵਰਗ ਬਣਾਇਆ ਤੇ ਕਿਵੇਂ ਤੇਰੇ ਇੱਕ ਪੋਤਰਾ ਜੋ ਤੇਰੇ ਤੋਂ ਦੂਰ ਹੋ ਗਿਆ ਸੀ ਖੁੱਸ ਗਿਆ ਸੀ ਤੇ ਉਸ ਨੂੰ ਵੀ ਵਾਪਸ ਲਿਆਇਆ ਇਸ ਲਈ ਬੀਬੀਆਂ ਇਹ ਛੋਟੇ ਛਟੇ ਜਿਹੜੇ ਉਪਾਅ ਜੁਗਤਾਂ ਆਪਣੇ ਘਰ ਕਰਨਗੀਆਂ ਤਾਂ ਉਹਨਾਂ ਦਾ ਘਰ ਵੀ ਸਵਰਗ ਬਣ ਜਾਵੇਗਾ ਹਰ ਇੱਕ ਸੁਖ ਉਹਨਾਂ ਦੇ ਘਰ ਵਾਸ ਕਰੇਗਾ ਤੁਸੀਂ ਵੀ ਲੋਕਾਂ ਦੀ ਮਦਦ ਕਰੋ ਪਰਮਾਤਮਾ ਤੁਹਾਡੀ ਮਦਦ